ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਧੰ ਗੁਰੂ ਨਾਨਕ ਦੇਵ ਪਾਸ਼ਾ ਜੀਓ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਭੰ ਗੁਰ ਪਰਸਾਦ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸਾਰੇ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਪੀ ਸਚ ਫਰੀਦਾ ਥਿਓ ਪਵਾਈ ਦਬ ਜੇ ਸਾਈ ਲੋੜੇ ਸਭ ਇਕ ਛਿਜੇ ਬਿਆਲ ਤਾੜੀਏ ਤਾਂ ਸਾਈ ਦੇ ਦਰਵਾੜੀਏ ਫਰੀਦਾ ਥਿਓ ਪਵਾਈ ਦਬ ਜੇ ਸਾਈ ਲੋੜੇ ਸਭ ਇਕ ਛਿੱਜੇ ਬਿਆਲ ਤਾੜੀਏ ਤਾਂ ਸਾਈ ਦੇ ਦਰਵਾੜੀਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਅੰਗ 1378 ਉੱਪਰ ਬਾਬਾ ਫਰੀਦ ਜੀ ਦੀ ਪਵਿੱਤਰ ਬਾਣੀ ਦੇ ਸ਼ਲੋਕ ਸ਼ਲੋਕ ਨੰਬਰ 16 ਬਿਰਾਜਮਾਨ ਹਨ ਪਵਿੱਤਰ ਅੰਗ 1378 ਉਪਰ ਬਾਬਾ ਫਰੀਦ ਜੀ ਇਸ ਸ਼ਲੋਕ ਵਿੱਚ ਦੱਸਦੇ ਹਨ ਕਿ ਫਰੀਦਾ ਜੇ ਰੱਬ ਨੂੰ ਮਿਲਣਾ ਹੀ ਤੇ ਆਪਣੇ ਅੰਦਰੋਂ ਮੈ ਰੂਪੀ ਕੰਡਾ ਤੈਨੂੰ ਮਾਰਨਾ ਪਵੇਗਾ ਤੇ ਐਸੀ ਅਵਸਥਾ ਬਣਾਉਣੀ ਪਵੇਗੀ ਥੀਓ ਪਵਾਈ ਦਬ ਜਿਵੇਂ ਰਸਤੇ ਦੇ ਵਿੱਚ ਕੋਈ ਦੱਬ ਖਲਾਰ ਦਿੰਦਾ ਹੈ ਦੱਬ ਹੁੰਦੀ ਹੈ ਕੰਡਿਆਂ ਵਾਲੇ ਜੇ ਰੱਬ ਨੂੰ ਮਿਲਣਾ ਇਹੀ ਹੰਕਾਰ ਰੂਪੀ ਹੋਵੇਂ ਰੂਪੀ ਤੈਨੂੰ ਆਪਣਾ ਕੰਡਾ ਕੱਢਣਾ ਪਵੇਗਾ ਇਸ ਤੋਂ ਕੱਲੇ ਹੰਕਾਰ ਹੀ ਨਹੀਂ ਬਾਕੀ ਵੀ ਜਿਹੜੇ ਵਿਕਾਰ ਆਰੂਪੀ ਕੰਡੇ ਹਨ ਉਨਨਾਂ ਨੂੰ ਮਾਰਨਾ ਪਵੇਗਾ ਖਤਮ ਕਰਨੇ ਪੈਣਗੇ ਇੱਕ ਛਿਜੇ ਬਿਆਲ ਤਾੜੀਏ ਸਿਓ ਜੱਟ ਰਸਤੇ ਜੋ ਦਬਰ ਨੂੰ ਸਿਰ ਦਿੰਦੇ ਹਨ ਤੇ ਜਦੋਂ ਰਾਹੀ ਨਿਕਲਦੇ ਹਨ ਲੋਕ ਨੰਗਦੇ ਹਨ ਉਸ ਰਸਤੇ ਵਿੱਚ ਤੇ ਉਹਨੂੰ ਮਿੱਧ ਕੇ ਜਾਂਦੇ ਹਨ ਪੈਰਾਂ ਦੇ ਹੇਠਾਂ ਦੇ ਤੇ ਹੌਲੀ 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 ਉਸ ਦਾ ਸਾਰਾ ਕੰਡਾ ਮਰ ਜਾਂਦਾ ਹੈ ਫਿਰ ਉਹਦੀਆਂ ਚੀਕਾਂ ਬਣਾ ਕੇ ਚਟਾਈਆਂ ਬਣਾ ਕੇ ਗੁਰਦੁਆਰੇ ਮੰਦਰਾਂ ਦੇ ਵਿੱਚ ਵਛਾਈਆਂ ਜਾਂਦੀਆਂ ਪਰ ਜਦ ਤੱਕ ਕੰਡਾ ਨਹੀਂ ਮਰਦਾ ਤਦ ਤੱਕ ਚਟਾਈ ਨਹੀਂ ਬਣਦੀ ਤੇ ਜਦ ਤੱਕ ਚਟਾਈ ਨਾ ਬਣੀ ਗੁਰਦੁਆਰੇ ਮੰਦਰ ਚ ਉਹ ਥਾਂ ਨਹੀਂ ਮਿਲਨੀ ਤੇ ਜੇ ਹੰਕਾਰ ਰੂਪੀ ਕੰਡਾ ਹੈ ਵੇਖਣ ਨੂੰ ਭਾਵੇਂ ਬਹੁਤ ਸੋਹਣਾ ਲੱਗਦਾ ਹੈ ਗੁਰਨਾਨ ਸਿੰਘ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਮੇਰੇ ਪਿਤਾ ਗੁਰਨਾਨ ਸਿੰਘ ਕਹਿੰਦੇ ਹਨ ਜਿੰਨਾ ਮਰਜੀ ਉੱਚਾ ਲੰਮਾ ਸੋਨਾ ਅਮੀਰ ਹੋ ਜਾ ਜੇ ਤੇਰੇ ਅੰਦਰ ਨਿਮਰਤਾ ਹੀ ਨਹੀਂ ਆਈ ਤੇਰਾ ਜੀਵਨ ਐਵੇਂ ਚਲਾ ਗਿਆ ਸਿੰਮਲ ਰੁਖ ਸਰਾਇਰਾ ਅਧ ਧੀਰਗ ਅਧ ਮੁਛ ਸਿੰਮਲ ਦਾ ਰੁਖ ਵੇਖ ਨੂੰ ਇੰਨਾ ਸੋਹਣਾ ਇੰਨਾ ਉੱਚਾ ਇੰਨਾ ਸੁੰਦਰ ਆਕਾਸ਼ ਨੂੰ ਸ਼ੁੰਦਾਂ ਅਧ ਧੀਰਗ ਅਧ ਮੁਛ ਇੰਨਾ ਵਿੱਚ ਓਏ ਜੇ ਆਵੇ ਆਸ ਕਰ ਜਾਇ ਨਿਰਾਸ਼ੇ ਕਿਤ ਤੇ ਪੰਛੀ ਆਸ ਕਰਕੇ ਜਾਂਦੇ ਹਨ ਕਿ ਬਹੁਤ ਉੱਚਾ ਲੰਮਾ ਸੋਨਾ ਹੈ ਚਲਿਏ ਇਹਦੇ ਕੁਛ ਨਾ ਕੋ ਸਾਨੂੰ ਖਾਣ ਵਾਸਤੇ ਮਿਲੇਗਾ ਪਰ ਇਹ ਇਹਦੀ ਉੱਚੀ ਉਡਾਰੀ ਮਾਰਨ ਦੇ ਬਾਵਜੂਦ ਵੀ ਉਹ ਵਿਚਾਰੇ ਪੰਛੀ ਨਿਰਾਸ਼ ਹੀ ਵਾਪਸ ਆ ਜਾਂਦੇ ਹਨ ਉਹਨਾਂ ਦੇ ਹੱਥ ਕੁਛ ਨਹੀਂ ਲੱਗਦਾ ਸवाय ਥਕਾਵਟ ਦੇ ਕਿਉਂ ਫਲ ਫਿੱਕੇ ਫੁੱਲ ਬਕਬਕੇ ਕੰਮ ਨਾ ਆਵੇ ਪੱਤ ਫਲਵੀ ਫਿੱਕੇ ਜਿਹੜੇ ਫੁੱਲ ਸੀ ਕਹਿੰਦੇ ਚਲੋ ਫਲ ਨਹੀਂ ਫੁੱਲੀ ਖਾ ਲਈਏ ਉਹ ਵੀ ਬਕਬਕੇ ਇਥੋਂ ਤੱਕ ਕਿ ਇਸ ਦਰਖਤ ਦੇ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ ਪੱਤੇ ਹੁਣ ਵੇਖਣ ਨੂੰ ਅਸੀਂ ਆਪਣੇ ਆਪ ਨੂੰ ਦਾਰਸ਼ਨਿਕ ਸਿੱਖ ਬਣਾ ਲਈਏ ਬڑے ਸੋਹਣੇ ਉੱਚੇ ਲੰਮੇ ਹੋਈਏ ਕੱਪੜੇ ਵੀ ਬڑے ਸੋਹਣੇ ਬਾਣਾ ਪਾਇਆ ਹੋਵੇ ਪਰ ਅੰਦਰ ਬਾਣੀ ਦਾ ਇੱਕ ਕਿਨਕਾ ਵੀ ਨਾ ਵਸਿਆ ਹੋਵੇ ਸਤਿਗੁਰੂ ਤੇ ਕਹਿੰਦੇ ਇੱਕ ਕਿਨਕੇ ਦੀ ਵੀ ਮਹਾਨਤਾ ਹੈ ਜਿਨ੍ਹਾਂ ਦੇ ਅੰਦਰ ਇੱਕ ਕਿਨਕਾ ਕਿਨਕਾ ਏਕ ਜਿਸ ਜੀਵਸਾਵੇ ਜਿਹਦੇ ਅੰਦਰ ਇੱਕ ਕਿਨਕਾ ਵੀ ਵਸ ਗਿਆ ਗੁਰਬਾਣੀ ਕਹਿੰਦੀ ਉਹਦੀ ਤੇ ਤਾਰੀਫ ਨਹੀਂ ਕੀਤੀ ਸਿਰਫ ਸਲਾਹ ਕੀਤੀ ਨਹੀਂ ਜਾ ਸਕਦੀ ਤਾਂ ਕੀ ਮਹਿਮਾ ਗਣੀ ਨਾ ਤੇ ਇਹ ਦਾਰਸ਼ਨਿਕ ਸਿੱਖ ਉਸ ਸਿੰਮਰ ਰੁਖ ਵਾਂਗੂ ਉੱਚਾ ਲੰਮਾ ਸੋਹਣਾ ਬਾਣਾ ਪਾਇਆ ਹੈ ਪਰ ਗੁਣ ਇਕ ਵੀ ਨਹੀਂ ਜਦੋਂ ਗੱਲ ਕਰਦਾ ਹੈ ਖਾਨ ਪੈਂਦਾ ਹੈ ਕਿਸੇ ਜਦੋਂ ਗੱਲ ਕਰਦਾ ਹੈ ਆਪਣਾ ਮੋਟੋ ਖੁਦਗਰਜ਼ੀ ਅੱਗੇ ਰੱਖਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਕਿਤੇ ਕੰਮ ਨਹੀਂ ਆਉਣੀ ਕੰਮ ਇੱਕੋ ਚੀਜ਼ ਆਉਣੀ ਹੈ ਬਾਬਾ ਫਰੀਦ ਦੇ ਕਹੇ ਨਰਗੂ ਗੁਰਨਾਨਕ ਸਾਹਿਬ ਆਪਣੀ ਪ੍ਰਤਿਸ਼ਤਬਾਨੀ ਕਹਦੇ ਮਿੱਠਤਨੀ ਵੀ ਨਾਨਕਾ ਗੁਣ ਚੰਗੇ ਆਈਆ ਤਤ ਮਿੱਠਤਨੀ ਵੀ ਨਾਨਕਾ ਗੁਣ ਚੰਗੇ ਆਈਆ ਤਤ ਮਿੱਠਾ ਬੋਲਨ ਨਿਵੇਚਲਨ ਨਿਮਰਤਾ ਦੇ ਨਾਲ ਚੱਲਣਾ ਉਸmaal ਕਦੇ ਅੱਗੇ ਚੁੱਕ ਕੇ ਚੱਲਣਾ ਬੋਲਾਂ ਚ ਮਿਠਾਸ ਗੰਧ ਪਰੀਤੀ ਮਿੱਠੇ ਬੋਲ ਸਾਡੇ ਬੋਲ ਮਿੱਠੇ ਹਨ ਤੇ ਸਾਡੇ ਦੁਸ਼ਮਣ ਵੀ ਦੋਸਤ ਬਣ ਜਾਂਦੇ ਹਨ ਗੈਰ ਵੀ ਆਪਣੇ ਬਣ ਜਾਂਦੇ ਹਨ ਜੇ ਸਾਡੇ ਬੋਲ ਕੋੜੇ ਹੋਣ ਤੇ ਘਰ ਦੇ ਵੀ ਦੁਸ਼ਮਣ ਬਣ ਜਾਂਦੇ ਬੋਲੋ ਆਏ ਕੋਈ ਵੀ ਹੋਵੇ ਬੱਚਾ ਹੋਵੇ ਬੁੱਢਾ ਹੋਵੇ ਜੀਦੀ ਨਾਲ ਅਸੀ ਰੁੱਖਾ ਬੋਲਾਂਗੇ ਸਭ ਤੋਂ ਪਹਿਲਾਂ ਕਹੇਗਾ ਤੁਹਾਨੂੰ ਬੋਲਣ ਦੀ ਅਕਲ ਨਹੀਂ ਹੈ ਕਿਵੇਂ ਗੱਲ ਕਰਨੀ ਬੋਲੋ ਆਏ ਗੁਰੂ ਇਹ ਰਿਸ਼ਤੇ ਕਿਉਂ ਵਿਗੜੇ ਸਾਡੇ ਬੋਲਾਂ ਕਰਕੇ ਰਿਸ਼ਤੇ ਕਿਵੇਂ ਬਣ ਗਏ ਸਾਡੇ ਮਿੱਠੇ ਬੋਲਾਂ ਕਰਕੇ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨ ਕੋ ਤਰ ਤ ਰਾਜੂ ਤੋਲੀਏ ਨਿਵੇ ਸੁ ਗੋਰਾ ਹੋਏ ਹੁਣ ਸਾਰੇ ਕਿਸੇ ਅਗੇ ਨਹੀਂ ਝੁਕਦੇ ਆਪਣੇ ਆਪ ਅਗੇ ਜਿਸੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਸੀਂ ਆਪਣੇ ਅੰਦਰ ਜਿਹੜੇ ਗੁਰੂ ਨਾਨਕ ਸਾਹਿਬ ਕਲਗੀ ਤਰਪੀ ਸਾਹਿਬ ਇਹਦਾ ਬੋਲੇ ਬਿਰਾਜਮਾਨ ਹਨ ਉਹ ਅਕਾਲ ਪੁਰਖ ਨਿਰਗੁਣ ਸਰੂਪ ਅੰਦਰ ਹੈ ਅਸੀਂ ਫਤਿਹ ਉਨਭਰਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਚੁੱਕ ਗਿਆ ਨਾ ਸਿਰ ਅੰਦਰ ਮੁਖੀ ਹੋ ਗਏ ਅੰਦਰ ਮੁਖੀ ਏਵੇਂ ਸਾਹਮਣੇ ਵਾਲਾ ਜਿਹਨੂੰ ਫਤਿਹ ਬੁਲਾਈ ਉਹ ਵੀ ਝੁੱਕ ਕੇ ਕਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਉਹਦੇ ਅੰਦਰ ਜਿਹੜਾ ਪਰਮਾਤਮਾ ਪ੍ਰਗਟ ਬੈਠਾ ਹੈ ਉਹ ਉਹਨੂੰ ਕਰਦਾ ਹੈ Hindu ਕਹਿੰਦਾ ਜੈ ਰਾਮ ਜੀ ਕੋਈ ਸਲੂਟ ਮਾਰ ਦੇ ਤਾਂ ਵੀ ਸਿਰ ਨਹੀਂ ਵਾਂ ਕਰਦੇ ਕੋਈ ਆਦਾਬ ਕਹਿੰਦਾ ਹੈ ਮੁਸਲਮਾਨ ਚੁੱਕਦੇ ਸਾਰੇ ਆਪਣੇ ਅੱਗੇ ਝੁਕਦੇ ਕਿਸੇ ਦੇ ਅੱਗੇ ਕੋਈ ਨਹੀਂ ਝੁਕਦਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਤੱਕੜੀ ਲੈ ਕੇ ਦੇਖ ਲੋ ਇੱਕ ਪਾਸੇ ਵਟੇ ਇੱਕ ਪਾਸੇ ਚੀਜ਼ ਪਈ ਹੋਵੇ ਤੇ ਜਿੱਧਰ ਚੀਜ਼ ਪਈ ਹੋਵੇ ਅਗਰ ਉਹ ਭਾਰੀ ਹੈ ਤੇ ਉਹ ਪਾਸਾ ਨੀਵਾਂ ਹੋ ਜਾਏਗਾ ਦੂਸਰਾ ਉੱਪਰ ਚੁੱਕਿਆ ਤਰਤ ਰਾਜੂ ਤੋਲੀਏ ਤਕੜੀ ਨਾ ਤੋਲ-ਤੋਲ ਕੇ ਦੇਖੋ ਨਿਵੇਂ ਸੋ ਗੋਰਾ ਹੋ ਜਿਹੜਾ ਭਾਰਾ ਹੈ ਉਹਨੇ ਝੁਕ ਜਾਣਾ ਹੈ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਬੰਦਾ ਹੋਰ ਵੀ ਝੁਕਦਾ ਜੇ ਕਿਤੇ ਉਹ ਨੂੰ ਨਾ ਸਮਝ ਲਿਓ ਕਿ ਅੰਦਰੋਂ ਝੁਕਿਆ ਸੱਚਾ ਸੋਚਾ ਹੈ ਨਹੀਂ ਉਹ ਬਾਹਰੋਂ ਝੁਕਿਆ ਹੈ ਉਹ ਕੌਣ ਹੈ ਅਪਰਾਧੀ ਦੂ ਨਾ ਨਿਵੇ ਜੋ ਹੰਤਾ ਮਿਰਗਾ ਅਪਰਾਧੀ ਦੇਖਿਆ ਬਜ਼ੂਕ ਮਾਰ ਕੇ ਗੋਡਿਆਂ ਪਰਨੇ ਹੋ ਕੇ ਨਿਸ਼ਾਨਾ ਮਾਰਦਾ ਹੈ ਅਪਰਾਧੀ ਤੀਰ ਕਮਾਨ ਦੇ ਨਾਲ ਸ਼ਿਕਾਰ ਕਰਨ ਵਾਲਾ ਝੁੱਕ ਕੇ ਨਿਸ਼ਾਨਾ ਮਾਰਦਾ ਹੈ ਇਹਦਾ ਮਤਲਬ ਜੇ ਉਹ ਝੁੱਕ ਗਿਆ ਸੀ ਇਹਦਾ ਮਤਲਬ ਇਹ ਨਹੀਂ ਉਹਦੇ ਅੰਦਰ ਪਿਆਰ ਹੈ ਨਿਮਰਤਾ ਹੈ ਜਾਂ ਜਾਨਵਰਾਂ ਨਾਲ ਪਿਆਰ ਹੈ ਜਾਂ ਜਿਹਨੂੰ ਗੋਲੀ ਮਾਰਦੇ ਦੁਸ਼ਮਣ ਨਾਲ ਪਿਆਰ ਨਹੀਂ ਉਹ ਸਿਰਫ ਆਪਣਾ ਨਿਸ਼ਾਨਾ ਬਣਾਉਣ ਦੀ ਖਾਤਰ ਦੂਸਰੇ ਨੂੰ ਨੁਕਸਾਨ ਕਰਦੀ ਖਾਤਰ ਝੁਕਦੇ ਹਾਂ ਕਈ ਵਾਰੀ ਅਸੀਂ ਵੀ ਜੀ ਅਸੀਂ ਤੇ ਦਾਸ ਆ ਜੀ ਅਸੀਂ ਤੇ ਕੂਕਰ ਹਾਂ ਜੀ ਅਸੀਂ ਤੇ ਗੁਰੂ ਨਾਨਕ ਦੇ ਘਰ ਦੇ ਕੁੱਤੇ ਹਾਂ ਜੀ ਤੇ ਜੇ ਕੋਈ ਸਾਨੂੰ ਕਹਦੇ ਉਹ ਕੁੱਤੇ ਆ ਉਹ ਕੂਕਰ ਫਿਰ ਸਾਡੀ ਨਿਬਰਤਾ ਕਿੱਥੇ ਜਾਏਗੀ ਕਹਿਣਾ ਨਹੀਂ ਅੰਦਰੋਂ ਝੁਕਣਾ ਅੰਦਰੋਂ ਅੰਦਰੋਂ ਝੁਕਣਾ ਆਪਣੇ ਆਪ ਨੂੰ ਤੇ ਹਰ ਕੋਈ ਕਹਿੰਦੇ ਮੈਂ ਨਿਮਾਨਾ ਮੈਂ ਤੇ ਤੇਰਾ ਨਾ ਮੈਂ ਤੇਰੇ ਦਰ ਦਾ ਕੁੱਤਾ ਮੈਂ ਕੂਕਰ ਤੇਰੇ ਦਰ ਦਾ ਪਰ ਆਪ ਹੀ ਬੋਲਦੇ ਜੇ ਕਿ ਦੂਜਾ ਬੋਲਦੇ ਫਿਰ ਬੜਾ ਔਖਾ ਹੈ ਜਰਨਾ ਬਹੁਤ ਔਖਾ ਹੈ ਕਿਸੇ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਆਪਣੇ ਦੋਨੋਂ ਹੱਥ ਸਾਡੇ ਸਿਰ ਤੇ ਰੱਖ ਕੇ ਸਾਡੇ ਅੰਦਰ ਨਿਮਰਤਾ ਲਿਆਵੇ ਸਾਨੂੰ ਰਿਸ਼ਤਿਆਂ ਦੀ ਪਹਿਚਾਨ ਆ ਜਾਏ ਸੀ ਸਨਵਾਏ ਕੀ ਆਤੀ ਏ ਜੇਰ ਦੇ ਕੁਸੂਦਾ ਕੱਲਾ ਸੀਸ ਨੂੰ ਆਇਆ ਕੀ ਹੋਆ ਸੀਸਨਵਾਏ ਕਿਆ ਸੀ ਏ ਜੀ ਅੰਦਰ ਹੀ ਕਪਟ ਭਰਿਆ ਹੈ ਅੰਤਰ ਮੈਲ ਜੀ ਤੀਰ ਸਨਾਵੇ ਫਿਰ ਭਾਵੇਂ ਤੀਰ ਸੱਦ ਵੀ ਚਲੇ ਜੇ ਜਿਸੇ ਬਿਕੁੰਟ ਨਾ ਜਾਣਾ ਜੇ ਆਖੋ ਕਿ ਉਤੀਰਸਾ ਤੇ ਜਾਂਦਾ ਹੈ ਅੰਦਰ ਮੈਲ ਹੈ ਤੇ ਉਹਦਾ ਪਾਰ ਉਤਾਰਾ ਹੋ ਜਾਏਗਾ ਨਹੀਂ ਹਾਂ ਲੋਕ ਖੁਸ਼ ਹੋ ਸਕਦੇ ਇੰਨੀ ਵਾਰੀ ਤੀਰਸਾ ਤੇ ਗਿਆ ਫਲਾਣੀ ਤਾਂ ਤੇ ਗਿਆ ਬਸ ਸਾਲਾ ਕੇ ਗਿਆ ਗੱਡੀਆਂ ਲੈ ਕੇ ਲੋਕ ਖੁਸ਼ ਹੋ ਸਕਦੇ ਪਰ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਖੁਸ਼ ਕਰਾਂਗੇ ਨਾ ਹੀ RAM ਆਣਾ ਪਰਮਾਤਮਾ ਨੂੰ ਕਿਵੇਂ ਖੁਸ਼ ਕਰਾਂਗੇ ਅੰਦਰ ਦਿਆ ਨਹੀਂ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਚਿਆ ਜਾਏ ਡਾਇਰੈਕਟ ਨਰਕ ਨੂੰ ਡਾਇਰੈਕਟ ਨਰਕ ਕਿਉਂਕਿ ਮਾਨਤਾ ਕਠੋਰ ਹੈ ਉਹ ਦੱਬ ਵਾਲਾ ਕੰਡਾ ਅਜੇ ਮਰਿਆ ਨਹੀਂ ਮਿਠਾਸ ਅੰਦਰ ਆਈ ਨਹੀਂ ਅਜੇ ਤੇ ਅਪਰਾਧੀ ਵਾਂਗੂ ਚੁੱਕਿਆ ਫਿਰਦਾ ਹੈ ਸੀਸ ਨੁਆਇਆ ਕੀ ਤੀਏ ਜਾਰਦੇ ਕੁਸਤਾ ਜੀ ਅੰਦਰ ਮੈਂ ਹੈ ਮਨ ਮੈਲਾ ਸਭ ਕੁਝ ਮੈਲਾ ਪਰ ਜਿਨ੍ਹਾਂ ਦੇ ਅੰਦਰ ਪਵਿੱਤਰਤਾ ਆ ਗਈ ਜਿਨ੍ਹਾਂ ਦੇ ਅੰਦਰ ਸੰਤੋਖ ਆ ਗਿਆ ਸਤ ਸੰਤੋਖ ਹੋਵੇ ਅਰਦਾਸ ਤਾ ਸੁਣ ਸਦ ਬਹਾਲੇ ਪਾਸ ਅਰਦਾਸ ਕਰਨ ਤੋਂ ਪਹਿਲਾਂ ਇਹ ਵੇਖੋ ਸਾਡੇ ਅੰਦਰ ਸਤ ਆ ਗਿਆ ਜੇ ਸਤ ਆਊਗਾ ਤਾਂ ਸੰਤੋਖ ਹੈ ਜੇ ਸਤ ਹੀ ਨਹੀਂ ਤਾਂ ਸੰਤੋਖ ਕਾਦਾ ਹੈ ਦੋਨੋਂ ਸੱਸੇ ਦੋਨੋਂ ਹੀ ਇਕ ਸਾਥ ਇਕ ਸੰਤੋਖ ਭਾਈ ਨੰਦ ਲਾਲ ਜੀ ਕਲਗੀਧਰ ਪਾਤਸ਼ਾਹ ਦੇ ਦਰਬਾਰ ਚ ਸੇਵਾ ਰਾਤ ਦਿਨੇ ਸੇਵਾ ਚ ਸੇਵਾ ਚ ਕੋਈ ਸੁਧ ਬੁੱਧ ਨਹੀਂ ਹਰ ਸਵਾਸ ਨਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸਵਾਸਤੇ ਹਰ ਸਵਾਸ ਨਾਲ ਕਲਗੀਧਰ ਪਾਸ਼ਾ ਦਾ ਨਾਮ ਵਾਹਿਗੁਰੂ ਵਾਹਿਗੁਰੂ ਕਲਗੀਧਰ ਪਾਸ਼ਾ ਜਿਹੜੋ ਲੰਗਰ ਛਕਦੇ ਸੀ ਤੇ ਇੱਕ ਬੁਰਕੀ ਕੁਸਤੇ ਨੂੰ ਪਾਉਂਦੇ ਹੁੰਦੇ ਸੀ ਇੱਕ ਕੁੱਤਾ ਆ ਕੇ ਰੋਜ਼ ਉੱਥੇ ਬੈਠ ਜਾਂਦਾ ਸੀ ਜਿੱਥੇ ਕਲਗੀਧਰ ਪਾਸ਼ਾ ਪ੍ਰਸ਼ਾਦਾਸ਼ਕ ਸੀ ਕਲਗੀਧਰ ਪਾਸ਼ਾ ਨੇ ਇੱਕ ਬੁਰਕੀ ਉਹਨੂੰ ਪਾਉਣੀ ਉਹਨੇ ਬੁਰਕੀ ਖਾਣੀ ਚੁੱਪ ਕਰਕੇ ਬਹਿ ਜਾਣਾ ਭਾਈ ਨੰਦ ਲਾਲ ਜੀ ਨੇ ਪ੍ਰਸ਼ਾਦਾ ਲੈ ਕੇ ਉਹਨਾਂ ਰੋਜ਼ ਦੇਖਣਾ ਸੋਚਦੇ ਮੇਰੇ ਨਾਲ ਉਹ ਤੇ ਇੱਕ ਕੁੱਤਾ ਚੰਗਾ ਆ ਦੇਖੋ ਕਲਗੀਧਰ ਪਾਸ਼ ਸ਼ਸਤਰ ਉਠਕੇ ਆਪਣੇ ਪ੍ਰਸ਼ਾਦੇ ਵਿੱਚੋਂ ਇੱਕ ਬੁਰਕੀ ਇਹਨੂੰ ਪਾਉਂਦੇ ਇਹਦੇ ਜੇ ਜਨਮਾ ਜਨਮਾ ਦੀ ਮੈਲ ਵੀ ਉਤਰ ਗਈ ਤੇ ਜੰਮਨ ਮਰਨ ਵੀ ਕੱਟਿਆ ਗਿਆ ਇਸ ਕੁੱਤੇ ਦਾ ਇਕੇ ਦਿਨ ਕੀ ਹੋਇਆ ਕੁੱਤੇ ਦੀ ਥਾ ਭਾਈ ਨੰਦ ਲਾਲ ਜੀ ਆਪ ਬੈਠ ਗਏ ਆਪ ਬੈਠ ਗਏ ਤੇ ਜਦੋਂ ਇਹ ਬਾਰੀ ਵਿੱਚੋਂ ਕਲਗੀਧਰ ਪਾਸ਼ਾ ਬੁਰਖੀ ਉਸ ਕੁੱਤੇ ਨੂੰ ਪਾਉਣ ਲੱਗੇ ਤੇ ਨਜ਼ਰ ਪਈ ਉੱਥੇ ਨੰਦ ਲਾਲ ਕੁੱਤੇ ਵਾਂਗੂ ਬੈਠਾ ਹੈ ਆ ਦੇਖੋ ਸਿੱਖੀ ਕੈਸੀ ਹੈ ਬੜੀ ਫਰਕਿਆ ਸੀ ਭਾਈ ਨੰਦ ਲਾਲ ਜੀ ਨੇ ਸਤਿਗੁਰੂ ਮੇਰਾ ਦਿਲ ਕਰਦਾ ਮੈਂ ਖੰਡੇ ਬਾਟੇ ਦੀ ਪਾউল ਮੈਨੂੰ ਵੀ ਸਿਖਾ ਦਿਓ ਮੈਂ ਵੀ ਆਪਣੇ ਭਰਾਵਾਂ ਨਾਲ ਲੜਿਆ ਕਰਾਂ ਕਲਗੀਧਰ ਪਾਛੇ ਕਹਿੰਦੇ ਨੰਦ ਲਾਲ ਜੀ ਤੁਹਾਡੇ ਹੱਥ ਵਿੱਚ ਕਲਮ ਚੰਗੀ ਲੱਗਦੀ ਹੈ ਕਲਮ ਜਿਨ੍ਹਾਂ ਦੇ ਹੱਥ ਵਿੱਚ ਸ੍ਰੀ ਸਾਹਿਬ ਚੰਗੀ ਲੱਗਦੀ ਉਹਨਾਂ ਨੂੰ ਸ੍ਰੀ ਸਾਹਿਬ ਮੈਂ ਪਕੜਾ ਦੇਣਾ ਤੁਹਾਡੇ ਹੱਥ ਵਿੱਚ ਕਲਮ ਤੁਸੀਂ ਲਿਖਿਆ ਕਰੋ ਤੇ ਮੈਨੂੰ ਸੁਣਾਇਆ ਕਰੋ ਹੁਣ ਪਾਹੀ ਨੰਦ ਲਾਲ ਦੋਨੋਂ ਹੱਥਾਂ ਕੀਤੇ ਤੇ ਜੋ ਹੀ ਬੁਰਕੀ ਸਾਦਗੁਰੂ ਛੁੱਟ ਲਗੇ ਨਜ਼ਰ ਪਈ ਹੈ ਨੰਦ ਲਾਲ ਤੂੰ ਅਜਿ ਕੁੱਤੇ ਦੀ ਛਾਂ 'ਚ ਤੂੰ ਬੈਠਾ ਹੈ। ਨੇਤਰਾ 'ਚ ਜਲ ਆ ਗਿਆ। ਸਤਿਗੁਰੂ ਮੈਂ ਬੜੀ देर ਦਾ ਦੇਖਦਾ ਸੀ ਇਹ ਕੁੱਤਾ ਕਿੰਨੇ ਕਰਮਾ ਵਾਲਾ ਹੈ ਜੋ ਆਪ ਜੀ ਦੇ ਪ੍ਰਸ਼ਾਦੇ ਵਿੱਚੋਂ ਆਪ ਜੀ ਦੇ ਮubarrak ਕਰ ਕਮਲਾ ਦੀ ਸ਼ੋਪ ਪ੍ਰਾਪਤ ਗੁਰੂ ਕੇ ਲੰਗਰ ਦੀ ਬੁਰਕੀ ਜਿਹੜੀ ਆ ਰੋਜ਼ ਖਾਂਦਾ ਹੈ ਕਿੰਨੇ ਕਰਮਾ ਵਾਲਾ ਹੈ। ਤੇ ਸੋਚਿਆ ਕਿਉਂ ਨਾ ਹੋਵੇ। अज मेरे से कृपा करो मैं कुत्ते की जावा वो बुरकी मेनू नसीब हो जाए सतगुर ने गल न ला लिया नंद लाल निहाल 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 सिख तेरे वर्गा चाहिए है ते बाबा फ्री जी थियो पवाई दब ਜੀ ਸਾਈ ਲੋੜੇ ਸਭ ਇੱਕ ਛਿੱਜ ਬਿਆਲ ਤਾੜੀਏ ਤਾਂ ਸਾਈ ਦੇ ਦਰਵਾੜੀ ਬਣ ਉਹ ਦੱਪ ਬਨ ਜਾ ਪ੍ਰਮਾਤਮਾ ਕਿਰਪਾ ਕਰੇ ਤੇਰਾ ਕੰਡਾ ਮਰ ਜਾਵੇ ਕੰਡਾ ਖਤਮ ਹੋ ਜਾਏ ਤੇਰੇ ਅੰਦਰ ਨਿਮਰਤਾ ਆ ਜਾਏ ਨਿਮਰਤਾ ਨਿਮਰਤਾ ਬਾਰੇ ਕਬੀਰ ਸਾਹਿਬ ਕਹਿੰਦੇ ਕਬੀਰ ਰੋੜਾ ਹੋਏ ਰੋ ਬਾਟ ਕ ਤਜ ਮਨ ਕਾਇਬ ਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਕਬੀਰ ਸਾਹਿਬ ਕਹਿੰਦੇ ਰਸਤੇ ਦਾ ਰੋੜਾ ਬਨ ਜਾ ਰੋੜਾ ਰੋੜਾ ਭਾਵ ਨਿਮਰਤਾ ਲਾਇਆ ਰੋੜਾ ਨੰਗਨ ਵਾਲੇ ਤੈਨੂੰ ਠੇਡੇ ਮਾਰ-ਮਾਰ ਕੇ ਲੰਘ ਜਾਣਾ ਤੈਨੂੰ ਠੋਕਰਾਂ ਮਾਰ ਕੇ ਲੰਘ ਜਾਣ ਪਰ ਤੂੰ ਸੀ ਨਾ ਕਰੀ ਕਬੀਰ ਜੇ ਉਸ ਖੁਦਾ ਅੱਲਾ ਪਰਮਾਤਮਾ ਨੂੰ ਪਾਉਣਾ ਹੀ ਤੇ ਰਸਤੇ ਦਾ ਰੋੜਾ ਬਣ ਜਾ ਐਸਾ ਕੋਈ ਦਾਸ ਹੋਏ ਇਹੋ ਜਿਹਾ ਕੋਈ ਦਾਸ ਸੇਵਕ ਬਣ ਜਾਏ ਤਾਂ ਪਰਮਾਤਮਾ ਮਿਲ ਜਾਂਦੇ ਤਾਹੇ ਮਿਲੇ ਤਾਂ ਮਿਲ ਜਾਂਦਾ ਹੈ ਪਰਮਾਤਮਾ ਫਿਰ ਸੋਚਿਆ ਕਬੀਰ ਸਾਹਿਬ ਨੇ ਕਬੀਰ ਰੋੜਾ ਹੁਆ ਤਕਾ ਕਾ ਤਾ ਕਿਆ ਪਿਆ ਰੋੜਾ ਹੁਆ ਤਕਿਆ ਪਿਆ ਪੰਛੀ ਕੋ ਦੁੱਖ ਦੇ ਕਬੀਰ ਰੋੜਾ ਨਾ ਬਣੀ ਰੋੜਾ ਨਾ ਬਣੀ ਪਹਿਲਾ ਕਹਿੰਦੇ ਰੋੜਾ ਬਨ ਜਾ ਰੱਬ ਮਿਲੇਗਾ ਫਿਰ ਕਹਿੰਦੇ ਕਬੀਰ ਰੋੜਾ ਨਾ ਬਨ ਜਾਈ ਕਿਸੇ ਗਰੀਬ ਗੁਰੂ ਪਰ ਜੋ ਨੰਗੇ ਪੈਰੀ ਜਾਂਦਾ ਹੋਏਗਾ ਜੇ ਉਹਦਾ ਪੈਰ ਉੱਤੇ ਆ ਗਿਆ ਇਹ ਨਾ ਹੋ ਵੀ ਉਹਦਾ ਪੈਰ ਫੱਟੜ ਕਰ ਦੇ ਖੂਨ ਵਗ ਲਾਪੇ ਉਹਦੇ ਪੈਰ 'ਚ ਜ਼ਖਮ ਹੋ ਜਾਏ ਐਸੀ ਨਿਮਰਤਾ ਕਿਸ ਕੰਮ ਦੀ ਕਬੀਰ ਸਾਹਿਬ ਕਹਿੰਦੇ ਜਿਹਦੇ ਨਾਲ ਦੂਸਰੇ ਦਾ ਨੁਕਸਾਨ ਹੋ ਜਾਏ ਰੋੜਾ ਨਾ ਬਣੀ ਕਹਿੰਦੇ ਫਿਰ ਪੁੱਛਿਆ ਮੈਂ ਕੀ ਬੜਾ ਕਬੀਰ ਸਾਹਿਬ ਤੁਸੀਂ ਕਿਹਦੇ ਰੋੜਾ ਨਾ ਬਣੀ ਫਿਰ ਮੈਂ ਕੀ ਬਣਾ ਐਸਾ ਤੇਰਾ ਦਾਸ ਹੈ ਜੋ ਧਰਨੀ ਮੇਖੇ ਕਿਦੇ ਮਿੱਟੀ ਬਣ ਜਾ ਰਸਤੇ ਦੀ ਰੋੜਾ ਨਾ ਮਣੀ ਰਸਤੇ ਦੀ ਮਿੱਟੀ ਬਣ ਜਾ ਖੇ ਬਣ ਜਾ ਖੇ ਖੇ ਲੋਕੀ ਨਾ ਕਿਦੇ ਨਾ ਕੀ ਜਾਣ ਤੂੰ ਤੇਰੇ ਤੇ ਖੇ ਕਿਉਂਕਿ ਮਿੱਟੀ ਕਿਸੇ ਨੂੰ ਦੁੱਖ ਨਹੀਂ ਦਿੰਦੀ ਰੋੜਾ ਤੇ ਦੁੱਖ ਦੇ ਸਕਦਾ ਹੈ ਜਿਹਦੇ ਪੈਰ ਥੱਲੇ ਆ ਗਿਆ ਪੈਰ ਜ਼ਖਮੀ ਹੋ ਸਕਦਾ ਹੈ ਪਰ ਮਿੱਟੀ ਨੇ ਕੀ ਦੇਖ ਦੁੱਖ ਦੇਣਾ ਹੈ ਕਬੀਰ ਸਾਹਿਬ ਫਿਰ ਬੋਲੇ ਕਬੀਰ ਖੇ ਖੁਈ ਤੋ ਕਿਆ ਭਾਇ ਕਹਿੰਦੇ ਖੇ ਖੂਈ ਤੋ ਕਿਆ ਪਿਆ ਜੋ ਉਠ ਲਾਗੇ ਅੰਗ ਨਾ ਭੁੱਲ ਕੇ ਵੀ ਖੇ ਨਾ ਬਣੀ ਮਿੱਟੀ ਨਾ ਬਣੀ ਸਵਾ ਨਾ ਬਣੀ ਮਾੜੀ ਜੀ ਹਵਾ ਚੱਲੀ ਖੇ ਉੱਡੇਗੀ ਤੇ ਲੰਗਨ ਵਾਲੇ ਦਾ ਮੂੰਹ ਸਿਰ ਲਬੇਡ ਦੇਵੇਗੀ ਬੋਲੋ ਵਾਹਿਗੁਰੂ ਆ ਦੇਖੋ ਕਿੰਨੀ ਡੁਗਾਈ ਤੱਕ ਸਤਗੁਰੂ ਦੀ ਬਾਣੀ ਹੈ ਕਿੱਡੀ ਡੂੰਗੀ ਸੋਚ ਹੈ ਪਹਿਲਾ ਕਹਿੰਦੇ ਰੋੜਾ ਬਣ ਜਾ ਕਹਿੰਦੇ ਦੇਖੀ ਭੁੱਲ ਕੇ ਰੋੜਾ ਨਾ ਬਣੀ ਕਿਸੇ ਨੂੰ ਜ਼ਖਮੀ ਨਾ ਕਰ ਦੇਵੀਂ ਕਿਸੇ ਨੂੰ ਦੁੱਖ ਨਾ ਦੇ ਦੇਵੀਂ ਕਿਸੇ ਨੇ ਚੁੱਕ ਕੇ ਦੂਸਰੇ ਨੂੰ ਮਾਰ ਦਿੱਤਾ ਕਿਸੇ ਨੂੰ ਸੱਟ ਨਾ ਲੱਗ ਜਾਏ ਮਿੱਟੀ ਬਣ ਜਾ ਫਿਰ ਕਹਿੰਦੇ ਮਿੱਟੀ ਵੀ ਨਾ ਬਣੀ ਖੇ ਵੀ ਨਾ ਬਣੀ ਕਿਸੇ ਦੇ ਉੱਪਰ ਮੂੰਹ ਸਿਰ ਨਿਬੇੜ ਦੇਂਗੀ ਜੋ ਉਡ ਲਾਗੇ ਅੰਗ ਜੇ ਉੱਡੀ ਤੇ ਕਪੜੇ ਖਰਾਬ ਕਰ ਦੇਗੇ ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ ਹਰੀ ਦਾ ਪਿਆਰਾ ਤੇ ਐਸਾ ਚਾਹੀਦਾ ਹੈ ਗੁਰੂ ਪਿਆਰਿਓ ਜਿਵੇਂ ਪਾਣੀ ਭਾਈ ਗੁਰਦਾਸ ਜੀ ਨੇ ਕਿਹਾ ਨਾ ਧਰਤੀ ਪੈਰਾ ਹੇਠ ਹੈ ਧਰਤੀ ਹੇਠ ਬਸੰਦਾ ਪਾਗ ਕਹਿੰਦੇ ਪੈਰਾ ਦੇ ਹੇਠ ਧਰਤੀ ਹੈ ਤੇ ਉਹਦੇ ਹੇਠਾਂ ਪਾਣੀ ਚੱਲਦਾ ਧਰਤੀ ਦੇ ਵਿੱਚ ਐਨਾ ਨੀਵਾ ਇੰਨੀ ਨਿਮਰਤਾ ਤੇ ਕਬੀਰ ਸਾਹਿਬ ਵੀ ਕਹਿੰਦੇ ਬੰਦਿਆ ਤੂੰ ਪਾਣੀ ਬਣ ਜਾ ਪਾਣੀ ਯੋ ਪਾਣੀ ਸਰਬੰਗ ਕਹਿੰਦੇ ਕਬੀਰ ਪਾਣੀ ਹੁਆ ਤਾਂ ਕਿਆ ਪਿਆ ਸੀਰਾ ਤਾ ਤਾ ਹੋਏ ਕਹਿੰਦੇ ਪਾਣੀ ਵੀ ਨਾ ਬਣੀ ਮੈਨੂੰ ਸਮਝ ਆਈ ਕਹਿੰਦੇ ਕਬੀਰ ਸਾਹਿਬ ਕਹਿੰਦੇ ਪਾਣੀ ਨਾ ਬਣੀ ਭੁੱਲ ਕੇ ਵੀ ਨਾ ਬਣੀ ਕਬੀਰ ਸਾਹਿਬ ਕਿਉਂ ਰੋੜਾ ਨਾ ਬਣੀ ਮਿੱਟੀ ਨਾ ਬਣੀ ਪਾਣੀ ਨਾ ਬਣੀ ਕਹਿੰਦੇ ਹਾਂ ਹੋ ਸਕਦਾ ਕਿਸੇ ਨੂੰ ਤੱਤਾ ਲੱਗੇ ਕਿਸੇ ਨੂੰ ਠੰਡਾ ਲੱਗੇ ਬੋਲੋ ਵਾਹਿਗੁਰੂ ਆ ਦੇਖੋ ਸੋਚ ਹੋ ਸਕਦਾ ਕਿਸੇ ਦੀ ਤਬੀਅਤ ਠੀਕ ਨਾ ਹੋਵੇ ਕਿਸੇ ਨੂੰ ਤੱਤਾ ਲੱਗੇ ਕੋਈ ਕਹੇ ਬੜਾ ਤੱਤਾ ਪਾਣੀ ਹੈ ਕੋਈ ਕਹੇ ਬਹੁਤ ਠੰਡਾ ਪਾਣੀ ਹੈ ਕਬੀਰ ਤੂੰ ਛੱਡ ਇਹਨਾਂ ਗੱਲਾਂ ਨੂੰ ਨਾ ਤੂੰ ਰੋੜਾ ਬਣੀ ਨਾ ਤੂੰ ਖੇ ਬਣੀ ਨਾ ਤੂੰ ਪਾਣੀ ਬਣੀ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਬਸ ਹਰੀ ਦਾ ਗੁਰ ਸਿੱਖ ਬੰਦਾ ਤੇ ਸਿਰਫ ਹਰੀ ਵਰਗਾ ਹੀ ਚਾਹੀਦਾ ਹੋਰ ਕਿਸੇ ਜੋਗਾ ਨਹੀਂ ਬੱਜਿਓ ਜੇ ਹਰੀ ਦੇ ਗੋਣਿਆ ਉਹ ਜੀ ਉਹਦੇ ਸਿੱਖ ਵਿੱਚ ਹੋਣ ਜੈਸਾ ਹਰ ਹੀ होए जैसा हर ही होए जैसा हर ही होए जैसा हर ही होए हर जन ऐसा चाहिए हर जन ऐसा चाहिए जैसा हर ही होए जैसा हर ही होए ਕਰੀਦਾ ਥੀਉਪਵਾਈ ਦਬ ਜੇ ਸਾਈ ਲੋੜੇ ਸਭ ਬਨ ਦਬ ਬਾਬਾ ਫਰੀਦ ਕਿਹਦੇ ਬਨ ਦਬ ਕਿਉਂਕਿ ਦਬ ਬੜੇ ਤੋਂ ਬਿਨਾ ਤੇਰੇ ਅੰਦਰ ਹਉਮੇ ਦਾ ਕੰਡਾ ਸਾਖਤ ਹਰਸ ਸਾਧਨਾ ਜਾਣਿਆ ਤਿਨ ਅੰਤਰ ਹਉਮੇ ਕੰਡਾ ਏ ਜਿਉਂ ਜਿਉ ਚਲੇ ਚੂਵੇ ਦੁੱਖ ਪਾਵੇ ਜਮ ਕਾਲ ਸਹਿ ਸਿਰ ਡੰਡਾ ਹੈ ਜਮਜ਼ੂਤਾ ਦਾ ਡੰਡਾ ਵੱਜੀ ਜਾਣਾ ਹੈ ਕਿਉਂਕਿ ਅੰਦਰ ਹੰਕਾਰ ਦਾ ਕੰਡਾ ਹੈ ਤੇ ਕੰਡਾ ਕੱਢਣ ਵਾਸਤੇ ਨਾਮ ਦੀ ਸੂਈ ਚਾਹੀਦੀ ਹੈ ਨਾਮ ਦੀ ਕਿਉਂਕਿ ਆਪ ਤੁਸੀਂ ਦੇਖਿਆ ਜਦੋਂ ਸਾਡਾ ਕਿਤੇ ਕੰਡਾ ਚੁੱਪ ਜਾਣਾ ਸਾਡੇ ਵੱਡੇ ਵਡੇਰਿਆਂ ਨੇ ਮਾਤਾ ਪਿਤਾ ਨੇ ਦਾਦੀ ਦਾਦੇ ਭੈਣ ਭਰਾਵਾਂ ਨੇ ਇੱਕ ਬਰੀਕ ਜੀ ਸੂਈ ਲੈਣੀ ਤੇ ਉਹ ਸੂਈ ਦੇ ਨੋਕ ਦੇ ਨਾਲ ਕੰਡਾ ਬਾਹਰ ਕੱਢ ਦੇਣਾ ਬੋਲੋ ਆਏ ਤੇ ਜੇ ਡਾਕਟਰ ਨੇ ਵੀ ਕੱਢਣਾ ਉਹਨੇ ਵੀ ਉਥੋਂ ਚੀਰ ਕੇ ਸੂਈ ਦੇ ਨਾਲ ਕੰਡਾ ਬਾਹਰ ਕੱਢ ਜਾਂ ਤਾਂ ਕੰਨਾਮ ਦੀ ਸੂਈ ਨਹੀਂ ਇਹ ਹੰਕਾਰ ਰੂਪੀ ਕੰਡਾ ਨਹੀਂ ਨਿਕਲ ਸਕਦਾ ਸਤਿਗੁਰੂ ਕਹਿੰਦੇ ਇਹ ਜਿਉਂ-ਜਿਉਂ ਚਲੇਗਾ ਅੰਦਰ ਅੰਦਰ ਕਿਤੇ ਕੰਡਾ ਟਿਕਦਾ ਨਹੀਂ ਅੰਦਰ ਹੀ ਅੰਦਰ ਤੁਰਿਆ ਜਾਂਦਾ ਹੈ ਤੇ ਜਿਆਦਾ ਅੰਦਰ ਸਰੀਰ ਦੇ ਚਲੇ ਜਾਏ ਤੇ ਖਤਰਨਾਕ ਬਣ ਜਾਂਦਾ ਹੈ ਕਈ ਵਾਰੀ ਮੌਤ ਵੀ ਹੋ ਜਾਂਦੀ ਹੈ ज्यो ज्यो चले चुभे दुख पावे ज्यो ज्यो अंदर जाएगा चुभूगा दुख मिलेगा कभी किए जि भाई नंद लाल जी ने नंद लाल जी ने कुत्ते बन गए कुत्ते कलगीतार पातशाह कहते नंद लाल ਮੇਰੇ ਪੁੱਤਰ ਮੰਗ ਕੀ ਮੰਗਦਾ ਹੈ ਤੇਰੇ ਭਾਈ ਨੰਦ ਲਾਲ ਕੀ ਬੋਲੇ ਤੇਰੀ ਇੱਕ ਨਿਗਾਹ ਦੇ ਬਦਲੇ ਮੈਂ ਜਾਨ ਆਪਣੀ ਦੇਂਦਾ ਤੂੰ ਕਿਉਂ ਨਹੀਂ ਲੈਂਦਾ ਤੇਰੀ ਇੱਕ ਨਿਗਾਹ ਦੇ ਬਦਲੇ ਧਨ ਗੁਰੂ ਗੋਬਿੰਦ ਸਿੰਘ ਸੱਚੇ ਪਾਚਾ ਮੈਂ ਜਾਨ ਆਪਣੀ ਦੇਂਦਾ ਤੂੰ ਕਿਉਂ ਨਹੀਂ ਲੈਂਦਾ ਗਜ਼ਲਾਂ ਭਾਈ ਨੰਦ ਲਾਲ ਜੀ ਹਰਮੰਦਰ ਸਾਹਿਬ ਜਾਓ ਨਾ ਬਾਹਰ ਮੇਨ ਗੇਟ ਤੇ ਦਰਸ਼ਨ ਜੋੜੀ ਦੇ ਅੰਦਰ ਲਿਖ ਕੇ ਲਾਇਆ ਹੈ ਕਿ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਭਾਈ ਆਨੰਦ ਲਾਲ ਦੀਆਂ ਗਜ਼ਲਾਂ ਜਾਂ ਭਾਈ ਗੁਰਦਾਸ ਜੀ ਦੀ ਬਾਣੀ ਇਹ ਪ੍ਰਵਾਨਿਤ ਹਨ ਗਾਈਆਂ ਜਾ ਸਕਦੀਆਂ ਇਸ ਤੋਂ ਇਲਾਵਾ ਕੋਈ ਸਾਖੀ ਕੁਝ ਨਹੀਂ ਇੱਥੇ ਤੱਕ ਸਿਮਰਨ ਵੀ ਕਰਨਾ ਹੋਵੇ ਵਾਹਿਗੁਰੂ ਵਾਹਿਗੁਰੂ ਉਹ ਵੀ ਨਹੀਂ ਅੰਦਰ ਕਰ ਸਕਦੇ ਹਰਮੰਦਰ ਸਾਹਿਬ ਦੇ ਅੰਦਰ ਦੀ ਮਰਿਆਦਾ ਹੈ ਭਾਈ ਨੰਦ ਲਾਲ ਦੀਆਂ ਗਜ਼ਲਾਂ ਗਾਈਆਂ ਜਾ ਸਕਦੀਆਂ ਕਿੰਨੀ ਸਤਿਗੁਰੂ ਨੇ ਸਤਕਾਰ ਦਿੱਤਾ ਭਾਈ ਨੰਦ ਲਾਲ ਜੀ ਤੇ ਆਓ ਅਸੀਂ ਵੀ ਕੋਸ਼ਿਸ਼ ਕਰੀਏ ਜਿਵੇਂ ਭਾਈ ਨੰਦ ਲਾਲ ਜੀ ਨੇ ਬੁਰਕੀ ਲੈਣ ਵਾਸਤੇ ਸਤਿਗੁਰ ਦੇ ਅੱਗੇ ਹੱਥ ਜੋੜੇ ਆਪਣੇ ਆਪ ਨੂੰ ਨੀਵਾ ਕੀਤਾ ਤੇ ਗੁਰਤੇਗ ਬਾਦਰ ਪਾਸ਼ਾ ਕਹਿੰਦੇ ਤੂੰ ਵੀ ਕਰ ਨੀਵਾ ਕਿਵੇਂ ਸੁਆਮੀ ਕੋ ਗਰਜੋ ਸਦਾ ਸੁਆਨ ਤਜਤ ਨੈਨਿਤ ਕਹਿੰਦੇ ਜਿਵੇਂ ਮਾਲਕ ਦੇ ਦਰ ਦਾ ਕੁੱਤਾ ਹੋਵੇ ਇੱਕ ਗੱਲ ਯਾਦ ਰੱਖਿਓ ਜਿਸ ਦੇ ਗਲ ਵਿੱਚ ਪਟਾ ਹੈ ਉਸ ਕੁੱਤੇ ਨੂੰ ਗਵਰਨਮੈਂਟ ਵੀ ਗੋਲੀ ਨਹੀਂ ਮਾਰ ਸਕਦੀ ਕਿਉਂਕਿ ਉਹ ਪਤਾ ਹੋਏਗਾ ਕਿ ਕਿਸ ਦਾ ਪਟਾ ਹੈ ਇਹ ਮਾਲਕ ਨੂੰ ਤੇ ਜੇ ਕੁੱਤੇ ਨੂੰ ਗਾਲ ਕੱਢਣਗੇ ਤੇ ਮਾਲਕ ਨੂੰ ਗਾਲ ਜਾਵੇਗੀ ਜਿਹਦਾ ਕੁੱਤਾ ਹੈ ਤੇ ਜੇ ਪਟਾਨੀ ਪਿਆ ਤੇ ਕੋਈ ਵੀ ਜ਼ਹਿਰ ਦੀ ਗੋਲੀ ਕਮੇਟੀ ਵਾਲਾ ਵੀ ਦੇ ਦਿੰਦੇ ਆ ਪੱਜੀ ਦੀ ਗਾਲ ਪਟਾ ਹੈ 에ਤੇ ਕੂਕਰ ਹਉ ਬੇਗਾਨਾ ਭੌਂ ਕਾ ਸੰਤਾਈ ਭਗਤ ਹੀਨ ਨਾਨਕ ਜੀ ਹੋਏਗਾ ਤਾਂ ਖਸਮੇ ਨਾ ਨਾ ਜਾਈ ਸਤਿਗੁਰੂ ਮੇਰੇ ਨਾਮ ਦੇ ਗਲਾ ਵਿੱਚ ਤੇਰੇ ਨਾਮ ਦਾ ਪਟਾ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਪੁਸਤਕ ਤੇਰੇ ਨਾਮ ਦਾ ਪਟਾ ਮੇਰੇ ਗਲ 'ਚ ਹੈ ਤੇ ਜੇ ਇਹ ਕੁੱਤਾ ਮਰ ਵੀ ਗਿਆ ਜਾਂ ਕੁੱਤੇ ਦਾ ਕੋਈ ਨੁਕਸਾਨ ਵੀ ਹੋ ਗਿਆ ਤੇ ਸੱਚੇ ਪਾਤਸ਼ਾਹ ਗਾਲ ਤੈਨੂੰ ਜਾਏਗੀ ਹਉਮੈ ਕਰਨਾ ਪਾਉਗਾ ਮੈਂ ਤੇ ਇਸ ਥਾਂੋਂ ਵਾਸੇ ਪਾਉਂਗੀ ਪਰ ਜੇ ਮੈਂ ਭਗਤੀ ਤੋਂ ਹੀਣ ਰਹਿ ਗਿਆ ਜਮਾ ਦੇ ਵਾਸ ਵਿੱਚ ਪੈ ਗਿਆ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੇ ਨਾ ਹੋ ਨਜਾਈ ਸਤਿਗੁਰੂ ਜਮਦੂਤ ਤੇਰਾ ਨਾਮ ਕਿਵੇਂ ਮਿਟਾ ਦੇਣਗੇ ਮੇਰੇ ਗਲਚ ਜਿਹੜਾ ਪਟਾ ਹੈ ਉੱਤੇ ਲਿਖਿਆ ਹੈ ਗੁਰਨਾਨਕ ਦੇ ਘਰ ਦਾ ਕੁੱਤਾ ਉੱਤੇ ਲਿਖਿਆ ਕਲਗੀਧਰ ਪਾਤਸ਼ਾਹ ਦੇ ਕੁੱਤਾ ਕੌਣ ਮਟਾਏਗਾ ਨਹੀਂ ਮਟਾ ਸਕਦੇ ਇਸ ਕਰਕੇ ਕਿਰਪਾ ਕਰ ਮੈਨੂੰ ਆਪਣੇ ਦਰ ਦਾ ਕੁਕਰ ਬਣਾ ਤੇ ਨਾਂਵੇਂ ਪਾਤਸ਼ਾਹ ਕੀ ਕਹਿੰਦੇ ਨਾਨਕ ਏ ਬਿਦਹਰ ਪਜੋ ਇਕ ਮਨ ਹੋਏ ਇਕ ਚਿੱਤ ਬਸ ਐਵੇਂ ਸੁਰਤ ਜੋੜ ਰਾ ਜੇ ਤੂੰ ਆਪਣਾ ਕੰਡਾ ਮਾਰਨਾ ਹੈ ਨਾਨਕ ਏ ਬਿਦ ਉਹ ਕੁੱਤੇ ਵਾਲਾ ਤਰੀਕਾ ਹਰ ਪਜੋ ਤੇ ਰਾਦ ਨੇ ਕਰ ਵਾਹੇ ਗੁਰੂ 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 ਤਾਂ ਹੋ ਸਕਦਾ ਹੈ ਸਾਡੇ ਵੀ ਦਬ ਦੇ ਕੰਡੇ ਨਿਕਲ ਜਾਣ ਇਸ ਮਨ ਅੰਦਰੋਂ ਸਰੀਰ ਅੰਦਰੋਂ ਵਕਾਰ ਨਿਕਲ ਜਾਣ ਤੇ ਬਾਬਾ ਫਰੀਦ ਜੀ ਦੇ ਸ਼ਲੋਕ ਸੱਚ ਕਰ ਦਿਖਾਈਏ ਜੇ ਸਾਈ ਲੋੜੇ ਸਭ ਜੇ ਅਸੀਂ ਰੱਬ ਨੂੰ ਮਿਲਣਾ ਹੈ ਤੇ ਅੰਦਰ ਸਾਫ਼ ਕਰ ਲਈਏ ਪਰ ਗੁਰੂ ਨਾਨਕ ਸਾਹਿਬ ਕਿਰਪਾ ਕਰ ਆਪਣੀ ਬਾਣੀ ਦੇ ਨਾਲ ਹੀ ਸਾਫ਼ ਕਰ ਸਕਦੇ ਬਾਣੀ ਦੇ ਨਾਲ ਕਰ ਸਕਦੇ ਗੁਰ ਪ੍ਰਸਾਦ ਵਰਤਾ ਕੇ ਕਰ ਸਕਦੇ ਆਪਾਂ ਰਾਤ ਦੇ ਸਿਮਰਨਾ ਜੁੜੀਏ ਅਰਦਾਸਾਂ ਕਰੀਏ ਸਬਦਾ ਭਲਾ ਮੰਗੀਏ ਹੋਈਆਂ ਪੁੱਲਾਂ ਦੀ ਮਾਫੀ ਕੰਝਵੱਜ ਕੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ